ਜਿਹੜੇ ਬੰਦੇ ਨੇ ਜਿਹੜੇ ਹਿਸਾਬ ਦੀ ਦਾਰੂ ਪੀਤੀ ਉਹਨੂੰ ਉਸ ਹਿਸਾਬ ਨਾਲ ਦੱਸ ਜੁਗਨੀ ਸਾਂਤਰਾ ਗਦਰ ਪੀਤੀ ਹੈ ਦੇਸੀ ਪੀਤੀ ਉਹ ਥੋੜੀ ਦੇਸੀ ਤਰੀਕੇ ਨਾਲ ਚੜ੍ਹਦਾ ਜੀ ਤੇ ਜਿਵੇਂ ਘਰ ਦੀ ਜੁਗਨੀ ਪੀਤੀ ਹੈ ਉਹ ਚੰਦਰੀ ਹਿਸਾਬ ਕਿਤਾਬ ਨਾਲ ਨਹੀਂ ਚੜ੍ਹਦੀ ਉਹ ਕੱਟਣ ਦੇ ਹਿਸਾਬ ਨਾਲ ਚੜ੍ਹਦੀ ਵੀ ਕਿਹੜੇ ਹਿਸਾਬ ਨਾਲ ਕੱਢੀ ਹੈ ਦੂਰੀ ਕੱਢੀ ਦੂਰੀ ਚੜ੍ਹ ਜੂ ਚੌਰੀ ਕੱਢੀ ਚੌਰੀ ਚੜ੍ਹ ਜੂ ਤੇ ਜਿਹਨੂੰ ਕੱਢਣੀ ਨਹੀਂ ਆਉਂਦੀ ਉਹਦੇ ਵਾਲੀ ਨਹੀਂ ਚੜ੍ਹਦੀ ਤੇ ਜਿਹੜੀ ਬਗੈਰ ਪੀਤੀ ਤੋਂ ਚੜ੍ਹ ਕੇ ਉਹਦਾ ਨਸ਼ਾ ਪਤਾ ਨਹੀਂ ਕਿੰਨਾ ਕਾ ਤੇ ਡੋਟ ਪਤਾ ਨਹੀਂ ਕਿੰਨੀ ਕਾ ਵੀ ਤੇਰੇ ਕਿਹੜਾ ਪੈਰ ਘਸੇ ਮੇਰੀਆਂ ਬੀਬੀਆਂ ਭੈਣਾਂ ਦੀ ਸਪੈਸ਼ਲ ਮੈਂ ਗੀਤ ਗਾਉਣ ਲੱਗਿਆ ਇੱਕ ਛੋਟੀ ਜਿਹੀ ਬੱਚੀ ਸੀ ਜਦੋਂ ਮੈਂ ਇੱਥੇ ਸਟੇਜ 'ਤੇ ਆ ਰਿਹਾ ਸੀ ਕਹਿੰਦੀ ਵੀਰੇ ਉਹ ਗਾਣਾ ਜ਼ਰੂਰ ਸੁਣਾ ਕੇ ਜਾਇਓ ਤੇਰੇ ਕਿਹੜਾ ਪੈਰ ਘਸਦੇ ਸਾਡੀ ਬੀਬੀਆਂ ਭੈਣਾਂ ਆਮੀ ਕਿਤੇ ਚਾ ਇਹ ਮੇਰਾ ਗੀਤ ਲਵਾਉਂਦੀਆਂ ਨੇ ਜਦੋਂ ਨੱਚਦੀਆਂ ਨੇ ਵੀ ਤੇਰੇ ਕਿਹੜਾ ਪੈਰ ਘਸਦੇ ਆ ਦੇ ਦਿੰਦੇ ਕਿਤੇ ਬੱਚਾ ਮਹਾਰਾਜਾ ਕੰਮ ਖਿੱਚੀ ਆਇਆ ਕਰੋ ਸਾਜੀ ਮੁੰਡੇ ਬੜੇ ਚੰਗੇ ਆ ਭਾਈ ਆਹ ਵੀ ਚੰਗਾ ਉਹ ਵੀ ਚੰਗਾ ਉਹ ਵੀ ਚੰਗਾ ਪਰ ਗਰਮੀ ਬੜੀ ਹੈ ਥੋੜੇ ਜਿਹੇ ਕਮਲਾਏ ਪਏ ਤੇ ਪਰ ਇੰਦਰ ਦੇਸ਼ ਆ ਜੀ ਖੁਸ਼ ਹੋ ਗਏ ਪੂਰੇ Yeah.
मेरा आऊ नहीं मैं भी बन के सपेरा हूं तेनू पता होना चाहिए मैं बहुत तकड़ा सपेरा मैं बहुत तकड़ा सपेरा जिनी मर्जी जहर वाली नागण होवे मैं उन्हों की लेना चिट्टी नागण काली नागण डब्बी नागण काली नागण जिहड़ी मर्जी नागण होवे मैं उन्हों की लेना मैं बहुत तकड़ा सपेरा इधर मेरा उस्ताद है काला जा ये मेरा उस्ताद है बद्रीनाथ जमाल वाले ਇਹ ਬਹੁਤ ਤਕੜਾ ਸਪੀਰਾ ਹੈ ਬਈ ਬਹੁਤ ਤਕੜਾ ਸਪੀਰਾ ਹੈ ਉਸਤਾਦ ਆ ਮੇਰਾ ਬਹੁਤ ਤਕੜਾ ਸਪੀਰਾ ਹੈ ਜ਼ਹਿਰ ਵਾਲੀ ਨਾਗ ਨਹੀਂ ਤੀਰਦਾ ਇਹ ਤਾਂ ਜਿਹੜੀਆਂ ਆਪਣੇ ਖੇਤਾਂ 'ਚ ਨਾ ਚੂਹੇ ਖਾਣੀਆਂ ਫਿਰਦੀ ਉਹਨੂੰ ਮੋਟੀਆਂ ਮੋਟੀਆਂ ਉਹਨਾਂ ਨੂੰ ਪੀਲੀ ਜਾਂਦਾ ਰਹਿੰਦਾ ਸਾਰਾ ਲੈ ਕੇ ਬੀਨ ਮਗਰ ਪਿਆ ਫਿਰਦਾ ਰਹਿੰਦਾ ਇੱਕ ਇਹ ਸਾਡਾ ਦਾਦਾ ਉਸਤਾਦ ਹਾਂ ਇਹਦਾ ਬਾਪੂ ਇਹਨੇ ਮੈਨੂੰ ਸਿਖਾਇਆ ਇਹਨੇ ਇਹਨੂੰ ਸਿਖਾਇਆ ਨਾ ਤਾਂ ਇਹ ਜ਼ਹਿਰ ਵਾਲੀ ਕੀਲਦਾ ਨਾ ਇਹ ਮੋਟੀ ਕੀਲਦਾ ਇਹ ਜਿਹੜੀਆਂ ਬਿਚਾਰੀਆਂ ਗੋਡਿਆਂ ਜਾਂ ਤੁਰਈਆਂ ਪਈਆਂ ਹੁੰਦੀਆਂ ਮੈਨੂੰ ਨਾਂ ਦੱਸ ਲੈ ਸੁਣ ਲਾ ਮੈਂ ਕਦੀ ਝੂਠ ਨੀ ਬੋਲਿਆ ਵੱਡੇ ਕਾਕੇ ਦਾ ਨਾਂ ਜਗਤਾਰ ਹੈ ਛੋਟੇ ਦਾ ਨਾਂ ਅਵਤਾਰ ਹੈ ਉਹਦਾ ਛੋਲੇ ਕੁਲਚਿਆਂ ਦਾ ਵਪਾਰ ਹੈ ਇੱਕ ਘੜਾ ਵਜਾਉਂਦਾ ਇੱਕ ਨਚਾਰ ਹੈ ਇੱਕ ਗੀਤ ਲਿਖਦਾ ਇੱਕ ਕਲਾਕਾਰ ਹੈ ਇੱਕ ਨੂੰ ਟੱਟੀਆਂ ਲੱਗੀਆਂ ਇੱਕ ਨੂੰ ਬੁਖਾਰ ਹੈ ਇੱਕ ਡਾਕੇ ਮਾਰਦਾ ਇੱਕ ਕਾਲੀ ਕੱਛਿਆਂ ਦਾ ਸਰਦਾਰ ਹੈ ਇੱਕ ਦਾ ਸਾਈਕਲਾਂ ਦਾ ਕੰਮ ਹੈ ਇੱਕ ਨਾਈ ਹੈ ਇੱਕ ਦੀ ਚਾਹ ਦੀ ਦੁਕਾਨ ਹੈ ਇੱਕ ਹਲਵਾਈ ਹੈ ਘਰ ਵਾਲੀ ਦਾ ਨਾਂ ਰਾਜ ਪਿਆਰੀ ਹੈ ਅਗਲੇ ਪ੍ਰੋਗਰਾਮ ਦਾ ਪੱਕਾ ਪਤਾ ਨਹੀਂ ਸੁੱਖ ਨਾਲ ਹਾਲੇ ਵੀ ਉਹਦਾ ਪੈਰ ਭਾਰੀ ਹੈ ਤਾੜੀ ਵੀ ਜ਼ਿਆਦਾ ਕਰੇ ਫੁਲਕੇ ਜੀ ਕਿੰਨੇ ਮੈਨੂੰ ਵੀ ਹੌਸਲਾ ਹੋ ਜਾਂਦਾ ਇੱਥੇ ਕਈਆਂ ਨੇ ਵੇਖਿਆ ਵੀ ਛਿੜ ਛਿੜ ਲੱਗੀ ਹੋਈ ਹੈ ਕਈ ਆਇਆ ਸੀ ਮਨ ਪੱਕਾ ਸਰਮਾ ਪਾਇਆ ਉਹ ਮੈਂ ਕਿਹਾ ਤੁਰਦਾ ਵੀ ਦੁੱਧ ਵਾਲੇ ਟੈਂਪੂ ਵਾਂਗੂ ਮੈਂ ਕਿਹਾ ਵੀ ਤੇਰਾ ਮਟਕ ਮਟਕ ਕੇ ਤੁਰਨਾ ਮਾਰ ਗਿਆ ਜਿਹੜਾ ਬਿੱਲੀ ਅੱਖਾਂ ਵਿੱਚ ਪਾਇਆ ਉਹ ਸਰਮਾ ਮਾਰ ਗਿਆ ਸੋ ਜੀ ਦਾਰੂ ਮੈਂ ਕਿਹਾ ਵੀ ਦਾਰੂ ਪੀਣ ਦਾ ਨਿਕਲਦਾ ਬੁਰਾ ਸਿੱਟਾ ਬੜੀ ਵੇਖ ਲਈ ਮੈਂ ਜੇ ਨਾ ਪੀ ਕੇ ਕਈਆਂ ਜ਼ਿੰਦਗੀ ਦੀ ਲਾਲ ਬੱਤੀ ਬਾਲ ਸੁੱਟੀ ਕਈਆਂ ਕਰ ਲੈਂਦੇ ਖਾਨੇ ਖਰਾਬ ਪੀ ਕੇ ਗੁਰਭੇਜ ਕਾਕਾ ਤੂੰ ਦਾਰੂ ਚੁੱਕੀ ਕੱਢਣਾ ਇੱਕ ਦਿਨ ਮਰਨਾ ਬੇਹਿਸਾਬ ਪੀ ਕੇ ਦਾਰੂ ਪੀ ਲੈਂਦੇ ਕੋਈ ਧਰਮ ਅਪਣਾ ਲੈਂਦੇ ਆ ਪਰ ਦਾਰੂ ਨਹੀਂ ਛੱਡਦੀ ਦਾਰੂ ਆਖਦੀ ਨਾ ਛੱਡਿਆ ਮੇਰੀਆਂ ਮੰਜ਼ਲਾਂ ਹਲੇ ਆ ਦਵਾਟੀਆਂ ਨੇ ਪੰਜ ਸੱਤ ਬੋਤਲਾਂ ਤੱਕ ਹੀ ਭਰੀਆਂ ਪਈਆਂ ਸੋਰਾਈਆਂ ਤੇ ਚਾਟੀਆਂ ਨੇ ਜਿਹੜੇ ਮੇਰੇ ਵਰਗੇ ਨਹੀਂ ਪੀਂਦੇ ਉਹ ਲੀਰਾਂ ਉਹਨਾਂ ਦੇ ਗਲਾਂ 'ਚ ਵੀ ਪਾਟੀਆਂ ਸੋ ਅੰਦਾਜ਼ ਹੁੰਦਾ ਵੱਖਰਾ ਵੱਖਰਾ ਕਈ 200-250 ਦੀ ਬੋਤਲ ਲੈ ਕੇ
300 ਦੀ ਬੋਤਲ ਲੈ ਕੇ ਚੰਗਾ ਬੁਰਗਾ ਛਿੜਕਾ ਚੰਗੀ ਅੰਡਿਆਂ ਦੀ ਭੁਰਜੀ ਨਾਲ ਖਾਂਦੇ ਆ ਕਈ 650 ਰੁਪਏ ਬੋਤਲ ਤੇ ਲਾ ਕੇ ਨਾ ਠੇਕੇ ਵਾਲੇ ਨੂੰ ਪੁੱਛਣਗੇ ਭਾਜੀ ਤੇਰਾ ਲੂਣ ਵਾਲਾ ਡੱਬਾ ਕਿੱਥੇ ਹੈ ਹਨਾ ਕਹਿਣਗੇ ਤੇਰਾ ਲੂਣ ਵਾਲਾ ਡੱਬਾ ਕਿੱਥੇ ਹੈ ਵੱਖਰਾ ਵੱਖਰਾ ਅੰਦਾਜ਼ ਹੁੰਦਾ ਕਈ ਚੁੰਡੀ ਨੂਣ ਦੀ ਨਾਲ ਪੈਗ ਲਾਉਂਦੇ ਕਈ ਚੁੰਡੀ ਨੂਣ ਦੀ ਨਾਲ ਪੈਗ ਲਾਉਂਦੇ ਕਈ ਭਾਲਦੇ ਆ ਭੁਰਜੀ ਅੰਡਿਆਂ ਦੀ ਉਹ ਦੇਖੋ ਭਾਜੀ ਉਹ ਤੇਰੀ ਕੁਰਸੀ ਇਹੀ ਸੀ ਸੁਰਮੇ ਵਾਲਾ ਬਸ ਵੇਖ ਲਿਆ ਬੰਦਾ ਆਏ ਹਾਏ ਤੁਰਦੀ ਹੈ ਟੇਢੀ ਟੇਢੀ ਨਹੀਂ ਜਿਵੇਂ ਹੁੰਦੀ ਕਬੱਡੀ ਖੇਡੀ ਦੀ ਚਲੋ ਕੋਈ ਗੱਲ ਨਹੀਂ ਲਓ ਜੀ ਕਈ ਚੁੰਡੀ ਨੂਣ ਦੀ ਨਾਲ ਪੈਗ ਲਾਉਂਦੇ ਕਈ ਭਾਲਦੇ ਆ ਭੁਰਜੀ ਅੰਡਿਆਂ ਦੀ ਤਰੀ ਮੀਟ ਦੀ ਕੱਪੜਿਆਂ ਤੇ ਡੋਲ ਲੈਂਦੇ ਦਾੜੀ ਲਿਪੜ ਜਾਂਦੀ ਰੋਟੀ ਖਾਂਦਿਆਂ ਦੀ ਦੋ ਪੈਗ ਲਾ ਕੇ ਮਸ਼ੂਕ ਦੀ ਯਾਦ ਆ ਗਈ ਕੀ ਦੱਸਾਂ ਮੈਂ ਇਹੋ ਜਿਹੇ ਰਾਂਝਿਆਂ ਦੀ ਘਰ ਵਾਲੀ ਨਾਲ ਨਾਰਾਜ਼ ਹੋ ਕੇ ਘਦੋਲੀਓਂ ਠਾਂ ਮਾਰਦੇ ਟੋਕਰੀ ਭਾਂਡਿਆਂ ਦੀ ਇਹੋ ਜਿਹੀ ਪੀਣ ਦਾ ਕੀ ਫਾਇਦਾ ਜੇ ਪੱਗ ਗਲ ਚ ਪੈ ਗਈ ਘਰੇ ਜਾਂਦਿਆਂ ਦੀ ਜੇ ਪੱਗ ਗਲ ਚ ਪੈ ਗਈ ਘਰੇ ਜਾਂਦਿਆਂ ਦੀ ਸੋ ਮਿਹਰਬਾਨੀ ਸ਼ੁਕਰੀਆ ਹੁਣ ਮੈਂ ਤਵਾ ਥੋੜ੍ਹਾ ਜਿਹਾ ਗੱਲ ਇਹ ਆ ਵੀ ਸਤਿਗੁਰ ਨੇ ਕੰਮ ਵੰਡਿਆ ਸਾਡੇ ਛੋਟੇ ਵੀਰ ਨੂੰ ਤਬਲਾ ਵਜਾਉਣ ਦਾ ਸਾਊਂਡ ਵਾਲੇ ਪੰਮੇ ਨੂੰ ਸਾਊਂਡ ਚਲਾਉਣ ਦਾ ਤੇ ਸਾਡੇ ਵੱਖਰੇ ਵੱਖਰੇ ਖੇਤਾਂ ਵਾਲੇ ਨੂੰ ਖੇਤਾਂ ਦੇ ਕੰਮ ਦਾ ਕਹਿੰਦਾ ਦਾਤਾ ਦਤਾਰ ਸੀ ਜਦੋਂ ਵੰਡਣ ਲੱਗਾ ਦਾਤਾ ਦਤਾਰ ਸੀ ਜਦੋਂ ਵੰਡਣ ਲੱਗਾ ਬਾਹਮਣ ਟੱਲੀਆਂ ਤੇ ਬਾਣੀਏ ਹੱਟ ਲੈ ਗਏ ਇਹ ਸਤਿਗੁਰ ਜਦੋਂ ਸੀ ਵੰਡਣ ਲੱਗਾ ਬਾਹਮਣ ਟੱਲੀਆਂ ਤੇ ਬਾਣੀਏ ਹੱਟ ਲੈ ਗਏ ਨਾ ਹੀ ਲੈ ਗਏ ਮਰਗਾਂ ਤੇ ਬੈਣ ਪਾਉਣੇ ਤੇ ਘਮਿਆਰ ਚੁੱਕ ਕੇ ਮਿੱਟੀ ਤੇ ਮੱਟ ਲੈ ਗਏ ਮਸ਼ਕਰੀ ਮਰਾਸੀਆਂ ਮੰਗ ਲਈ ਆ ਤੇ ਮੁਸਲਮਾਨ ਸ਼ਹਿਰੀਆਂ ਖੱਟ ਲੈ ਗਏ ਜਿਹੜੀਆਂ ਦਾਤੀਆਂ ਰੰਬੇ ਕਈਆਂ ਬੱਚੀਆਂ ਸੀ ਉਹ ਅੱਧੀਆਂ ਮੰਝ ਵੀ ਲੈ ਗਏ ਤੇ ਅੱਧੀਆਂ ਜੱਟ ਲੈ ਗਏ ਇੱਕ ਵਾਰ ਤਾੜੀਆਂ ਬਾਰੇ ਕੀ ਖਿਆਲ ਹੈ ਤੁਹਾਡਾ ਚਲੋ ਮਰਜ਼ੀ ਹੈ ਤੁਹਾਡੀ ਮੈਂ ਤਾਂ ਕੁਛ ਨਹੀਂ ਕਹਿੰਦਾ ਇਸ਼ਕ ਤੇ ਅੱਗ ਦਾ ਸੇਕ ਹੀ ਪੁੱਛਦਾ ਅੱਗ ਦਾ ਸੇਕ ਬਥੇਰਾ ਸੋ ਦਾਦਾ ਸੁਖਾ ਮੇਰੇ ਖੁਦਾ ਬੰਦੇ ਰਹਿੰਦੇ ਆਸ਼ਕਾਂ ਨੂੰ ਸਦਾ ਸੋ ਕਿਉਂ ਨੇ ਸਾਰੀ ਦੁਨੀਆ ਰਾਮ ਦੇ ਨਾਲ ਸੌਂਦੀ ਚਕਵਾ ਚਕਵੀ ਨੂੰ ਰਹਿੰਦੇ ਬਜੋਗ ਕਿਉਂ ਨੇ ਚੁਗਲਖੋਰ ਹਰਾਮੀ ਦਾ ਮੂੰਹ ਕਾਲਾ ਪਾਉਂਦੇ ਗੱਲ ਪਰਾਈ ਵਿੱਚ ਭੋਗ ਕਿਉਂ ਨੇ ਮੁਹੰਮਦ ਬੂਟਿਆ ਵੇਖ ਕੇ ਚੰਜ ਰਹੀਏ ਖਾਈਏ ਆਪਣਾ ਤੇ ਸੜਦੇ ਲੋਕ ਕਿਉਂ ਨੇ ਖਾਈਏ ਆਪਣਾ ਤੇ ਸੜਦੇ ਲੋਕ ਕਿਉਂ ਨੇ ਮੈਂ ਮਨਜੀਤ ਸਿੰਘ ਨੂੰ ਗੁਜ਼ਾਰਿਸ਼ ਕਰੂੰਗਾ ਵੀ ਸਾਡੇ ਮੁੰਡਿਆਂ ਨੂੰ ਠੰਡਾ ਜਿਹਾ ਪਾਣੀ ਦੇ ਕੇ ਚਾਹ ਦਾ ਕੱਪ ਕੱਪ ਪਿਲਾ ਦਿਓ ਕਿਉਂਕਿ ਹਾਂਜੀ ਮੈਂ ਦੱਸਿਆ ਸੀ ਮਨਜੀਤ ਸਿੰਘ ਨੂੰ ਵੀ ਮੁੰਡਿਆਂ ਨੂੰ ਪਾਣੀ ਪੂਣੀ ਪਿਆ ਦਿਓ ਠੰਡਾ ਉਹ ਗਰਮ ਪਿਲਾਤਾ ਤੇ ਪਾਣੀ ਪਿਲਾ ਦਿਓ ਇਹਦਾ ਅੱਗੇ ਗਰਮ ਨੇ ਸੋ ਰਾਤ ਨੂੰ ਇਹਨਾਂ ਨੂੰ ਮੱਛਰ ਨਹੀਂ ਸੌਣ ਦਿੰਦਾ ਜਾਂ ਜਗਰਾਤੇ ਤੇ ਡਿਊਟੀ ਹੁੰਦੀ ਹੈ ਜਾਂ ਮੱਛਰ ਨਹੀਂ ਸੌਣ ਦਿੰਦਾ ਕਹਿੰਦਾ ਮੱਛਰ ਜ਼ਿਲ੍ਹੇ ਬਠਿੰਡੇ ਦਾ ਦੁਸ਼ਮਣ ਹੈ ਗੋਰੇ ਪਿੰਡੇ ਦਾ ਮੱਛਰ ਜ਼ਿਲ੍ਹੇ ਬਠਿੰਡੇ ਦਾ ਦੁਸ਼ਮਣ ਹੈ ਗੋਰੇ ਪਿੰਡੇ ਦਾ ਮੱਛਰ ਜੇਠ ਮਹੀਨੇ ਦੇ ਲੜਿਆ ਨਹੀਂ ਉਹ ਭੱਜ ਕੇ ਅੰਦਰ ਵੜਿਆ ਨਹੀਂ ਅੰਦਰ ਪੈਰ ਕੁੱਤੀ ਤੇ ਧਰਿਆ ਨਹੀਂ ਕੁੱਤੀ ਨੇ ਗਿੱਟੇ ਕੋਲੋਂ ਫੜਿਆ ਨਹੀਂ ਮੱਛਰ ਜ਼ਿਲ੍ਹੇ ਬਠਿੰਡੇ ਦਾ ਦੁਸ਼ਮਣ ਹੈ ਗੋਰੇ ਪਿੰਡੇ ਦਾ ਮੱਛਰ ਹੱਲੇ ਕਰ ਪੈਂਦਾ ਨਹੀਂ ਚਾਦਰ ਦਿਓਰ ਤਾਣ ਕੇ ਪੈਂਦਾ ਨਹੀਂ ਮੇਰੇ ਕੰਧ ਨੂੰ ਪੁੱਜਣਾ ਕਹਿੰਦਾ ਨਹੀਂ ਮੱਛਰ ਜ਼ਿਲ੍ਹੇ ਬਠਿੰਡੇ ਦਾ ਦੁਸ਼ਮਣ ਹੈ ਗੋਰੇ ਪਿੰਡੇ ਦਾ ਸਾਰੇ ਪਿੰਡ ਵਿੱਚ ਰੌਲਾ ਪੈ ਗਿਆ ਨਹੀਂ ਮੱਛਰ ਨੰਦ ਮੇਰੀ ਤੇ ਬਹਿ ਗਿਆ ਨਹੀਂ ਉਹਦੀ ਗੁੱਟ ਕੱਟ ਕੇ ਲੈ ਗਿਆ ਨਹੀਂ ਮੱਛਰ ਜ਼ਿਲ੍ਹੇ ਬਠਿੰਡੇ ਦਾ ਦੁਸ਼ਮਣ ਹੈ ਗੋਰੇ ਪਿੰਡੇ ਦਾ ਸੋ ਮੈਂ ਇਸੇ ਕਰਕੇ ਗੁਜ਼ਾਰਿਸ਼ ਕੀਤੀ ਸੀ ਉਹਨਾਂ ਰੂਹਾਂ ਵਿੱਚ ਪਿਆਰ ਦੀ ਲੋਹ ਹੈ ਨਹੀਂ ਜਿੰਨਾ ਰੂਹਾਂ ਤੋਂ ਬੁੱਤ ਬਰਾਨ ਚੰਗੇ ਜਿੱਥੋਂ ਪਾਣੀ ਨਾ ਮਿਲੇ ਪਿਆਸਿਆਂ ਨੂੰ ਉਹਨਾਂ ਖੂਹਾਂ ਤੋਂ ਰੜੇ ਮੈਦਾਨ ਚੰਗੇ ਮੈਂ ਸਾਡੇ ਮੁੰਡਿਆਂ ਵਾਸਤੇ ਪਾਣੀ ਦੀ ਗੁਜ਼ਾਰਿਸ਼ ਕੀਤੀ ਹੈ ਮੇਰੇ ਵੀਰਾਂ ਨੂੰ ਆਹ ਹਾਂ ਪਾਣੀ ਵੀ ਆ ਗਿਆ ਕਿਹੜੀ ਨਹਿਰ ਚ ਆਇਆ ਚਲੋ ਬਹੁਤ ਸਾਰਾ ਮਾਨ ਪਿਆਰ ਮੁਹੱਬਤਾਂ ਦਿੱਤੀਆਂ ਨੇ ਸਾਰਿਆਂ ਦੇ ਬਹੁਤ ਧੰਨਵਾਦੀ ਆ ਸਾਡੇ ਮਿੱਤਰ ਨੇ ਕਹਿੰਦਾ ਲਾਮ ਲੱਦ ਕੇ ਬਸ ਜਰਾਨੀਆਂ ਦੇ ਬਿਰਲਾ ਯਾਰ ਹੋਸੀ ਅੰਗ ਪਾਲ ਅੱਜ ਕੱਲ ਜਿਹਨੂੰ ਯਾਰ ਕਹੀਏ ਉਹੀ ਬੁਰਾ ਤੱਕਦਾ ਕਿ ਅਸੀਂ ਵੇਖੀ ਜ਼ਮਾਨੇ ਦੀ ਚਾਲ ਅੱਜ ਕੱਲ ਜਿਹਦੀ ਵੱਧ ਤੋਂ ਵੱਧ ਸਿਫਤ ਕਰੀਏ ਕੋਈ ਕਰਦਾ ਖੱਜਲ ਖੁਆਰ ਅੱਜ ਕੱਲ ਮੁਹੰਮਦ ਬੂਟਿਆਂ ਮੁਹੱਬਤਾਂ ਬੰਦ ਕਰ ਦੇ ਨਾ ਉਹ ਸਮਾਂ ਰਿਹਾ ਤੇ ਨਾ ਉਹ ਯਾਰ ਅੱਜ ਸਿੰਬਲ ਦੇ ਰੁੱਖ ਨਹੀਂ ਕਦੇ ਵੀ ਕੰਮ ਆਉਂਦੇ ਫੁੱਲ ਫਲ ਤੇ ਪੱਤੇ ਬਕਾਰ ਹੁੰਦੇ ਯਾਰ ਯਾਰੀਆਂ ਦੇ ਰੁਤਬੇ ਬਹੁਤ ਉੱਚੇ ਸੱਚਾ ਕੋਈ ਤੇ ਬਾਕੀ ਗਦਾਰ ਹੁੰਦੇ ਕੋਈ ਪੈਸੇ ਪਿੱਛੇ ਕੋਈ ਤੀਵੀਂ ਪਿੱਛੇ ਯਾਰ ਯਾਰ ਦੀ ਕਰਦੇ ਮਾਰ ਹੁੰਦੇ ਕਾਕਾ ਤੂੰ ਵੀ ਛੱਡਦੇ ਜਾ ਰਹੀਆਂ ਓਏ ਮਤਲਬ ਕੱਢ ਕੇ ਲੋਕੀ ਪਾਰ ਹੁੰਦੇ ਮਤਲਬ ਕੱਢ ਕੇ ਲੋਕੀ ਪਾਰ ਹੁੰਦੇ ਸੋ ਹਾਂਜੀ ਕਹਿੰਦਾ ਸੁਣਾ ਦੇ ਮੈਂ ਕਿਹਾ ਸੁਣਾਈ ਜਾਂਦੀ ਹੈ ਫਿਰ ਕਹਿੰਦਾ ਬੱਸਾਂ ਵਾਲੇ ਦੀ ਕਿਉਂ ਸੁਣਾਤੀ ਮੈਂ ਬੱਸਾਂ ਵਾਲਾ ਕਈ ਵਾਰੀ ਤਵਾ ਲਾ ਦੇਣਾ ਤੇ ਕਈ ਵਾਰੀ ਬੱਸਾਂ ਵਾਲਿਆਂ ਦਾ ਕਈ ਪੋਸਟ ਵਾਲੇ ਆ ਸਾਡੇ ਚ ਕਹਿੰਦਾ ਪੋਸਟ ਆ ਮੇਰੇ ਦੋਸਤ ਆ ਤੇਰਾ ਸੋਨੇ ਵਿੱਚ ਮੜਾਵਾ ਬੂਟਾ ਜਦ ਖਾਧਾ ਹੁੰਦਾ ਰੱਜ ਕੇ ਫਿਰ ਦਿੰਦਾ ਸੁਰਗ ਦਾ ਜਦੋਂ ਅਮਲੀ ਦਾ ਨਸ਼ਾ ਨਾਉਣ ਹੋ ਜਾਂਦਾ ਫਿਰ ਬਿਮਾਰ ਬਿੱਲੀ ਅਰਗਾ ਫਿਰ ਕਹਿੰਦਾ ਪੋਸਤਾ ਜਾਓ ਮੇਰੇ ਦੋਸਤਾ ਤੇਰਾ ਜੜੋ ਪਟਾਵਾ ਬੂਟਾ
ਰਾਜੇ ਦੇ ਪੁੱਤ ਕੰਗਾਲ ਬਣਾਤੇ ਤੇ ਹੱਥ ਫੜਾਤਾ ਠੁੱਠਾ ਸਾਡਾ ਰਮਜੂ ਇਹ ਐਵੇਂ ਕਰ ਗਿਆ ਬਸ ਐਵੇਂ ਕਰ ਗਿਆ ਨਕਲ ਨੁਕਲ ਮਾਰ ਕੇ ਪੜ ਗਿਆ ਇਹਦੀ ਇੰਟਰਵਿਊ ਆ ਗਈ ਪਿਛਲੇ ਦਿਨੀ 15 ਅਗਸਤ ਤੋਂ ਪਹਿਲਾਂ ਮੈਨੂੰ ਕਹਿੰਦਾ ਭਾਜੀ ਮੇਰੀ ਇੰਟਰਵਿਊ ਆ ਮੈਨੂੰ ਕੋਈ ਥੋੜ੍ਹਾ ਬਹੁਤਾ ਕੋਈ ਸਵਾਲ ਦੱਸ ਦਿਓ ਨੇਗਾ ਮੈਨੂੰ ਤਾਂ ਆਪ ਨਹੀਂ ਕੁਝ ਆਉਂਦਾ ਜੇ ਪੁੱਛਣ ਲੱਗੇ ਵੀ ਸਾਡਾ ਦੇਸ਼ ਕਦੋਂ ਯਾਦ ਹੋਇਆ ਸੀ ਤੂੰ ਕਹਿੰਦੀ ਤਿਆਰੀਆਂ 42 ਦੀਆਂ ਸੀ ਤੇ 47 ਤੇ ਯਾਦ ਹੋ ਗਿਆ ਜੇ ਪੁੱਛਣ ਲੱਗਾ ਯੋਗਦਾਨ ਤੂੰ ਕਹਿੰਦੀ ਵੀ ਚਾਚੇ ਨਹਿਰੂ ਤੇ ਬਾਪੂ ਗਾਂਧੀ ਨੇ ਯੋਗਦਾਨ ਪਾਇਆ ਬਾਕੀ ਸਾਰੇ ਇੰਡੀਆ ਨੇ ਕੋਸ਼ਿਸ਼ ਕੀਤੀ ਆ ਇਹਨੇ ਹੋਰ ਤਾਂ ਕੋਈ ਸਵਾਲ ਨਾ ਯਾਦ ਕੀਤਾ ਚੇਤੇ ਕੀਤਾ ਤੇ ਮੇਰੇ ਵਾਲਾ ਸਵਾਲ ਯਾਦ ਸੀ ਜਦੋਂ ਇੰਟਰਵਿਊ ਵਾਲੇ ਅਫਸਰ ਨੇ ਪੁੱਛਿਆ ਵੇਖ ਕੇ ਗੱਡ ਮਾੜੀ ਜੀ ਦਾੜੀ ਕਿਤੇ ਓਵਰੇਜ ਨਾ ਹੋਵੇ ਇਹਨੂੰ ਕਹਿੰਦਾ ਕਾਕਾ ਤੇਰਾ ਜਨਮ ਕਦੋਂ ਹੋਇਆ ਸੀ ਹੁਣ ਸਵਾਲ ਤਾਂ ਮੇਰੇ ਵਾਲਾ ਯਾਦ ਸੀ ਆਂਦਾ ਜੀ ਜਨਮ ਮੇਰਾ 47 ਚ ਹੋਇਆ ਸੀ ਤਿਆਰੀਆਂ ਦਾ 42 ਤੇ ਤੇ ਕਹਿੰਦਾ ਜੀ ਯੋਗਦਾਨ ਬਾਰੇ ਪੁੱਛੋਗੇ ਆਂਦਾ ਬਹੁਤਾ ਜ਼ੋਰ ਤਾਂ ਚਾਚੇ ਦੇ ਬਾਪੂ ਨੇ ਲਾਇਆ ਵੈਸੇ ਕੋਸ਼ਿਸ਼ ਸਾਰੇ ਪਿੰਡ ਨੇ ਕੀਤੀ ਇੱਕ ਵਾਰੀ ਤਾੜੀਆਂ ਤੁਹਾਡਾ ਪਿਆਰ ਤੁਹਾਡਾ ਰਿਸਪੌਂਸ ਮੁਹੱਬਤ ਬਹੁਤ ਸਾਰਾ ਪਿਆਰ ਜਿੰਨਾ ਵੀ ਦਿੱਤਾ ਸੀ ਜਿੰਦ ਰੋਂਦੀ ਰੋਂਦੀ ਹੱਸ ਕੱਪਵੇ ਚੱਕਰ ਕੀਤੇ ਫੁੱਲ ਪਿਆਰਾਂ ਦੇ ਲੱਖ ਬਾਰ ਭੁਲਾ ਕੇ ਵੇਖ ਲਿਆ ਪਰ ਮੋਹ ਨਹੀਂ ਭੁੱਲਦੇ ਯਾਰਾਂ ਦੇ ਸੋ ਸਾਡੇ ਸੱਚੋ ਸਾਹਿਬ ਰਿਸਪੈਕਟਡ ਜਨਾਬ ਅਸੀਂ ਤੇਰੇ ਦੀਵਾਨੇ ਆ ਸਾਨੂੰ ਗਹਿਰਾਂ ਦੇ ਵਿੱਚ ਰੱਖ ਭਾਵੇਂ ਸਾਨੂੰ ਰੁਤਬਾ ਦੇ ਦੇ ਝਾਂਜਰ ਦਾ ਆਪਣੇ ਪੈਰਾਂ ਦੇ ਵਿੱਚ ਰੱਖ ਭਾਵੇਂ ਬਹੁਤ ਹੀ ਰਿਸਪੈਕਟਡ ਹਸਤੀਆਂ ਅਗਲੀ ਪਰਫੋਰਮੈਂਸ ਤੁਹਾਡੇ ਰੂਬਰੂ ਨੌਜਵਾਨ ਦਿਲਾਂ ਤੇ ਰਾਜ ਕਰ ਰਿਹਾ ਗਾਇਕ ਮੇਰਾ ਛੋਟਾ ਵੀਰ ਵੀਰ ਦਵਿੰਦਰ ਐਂਡ ਵੀ ਬਸੁਪ੍ਰੀਤ ਕੌਰ ਆਓ ਜੀ ਮੋਸਟ ਵੈਲਕਮ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਵੀਰਾਂ ਦਾ ਭਰਾਵਾਂ ਦਾ ਵੱਡਿਆਂ ਦਾ ਛੋਟਿਆਂ ਦਾ ਬੜੀਆਂ ਰਿਸਪੈਕਟਡ ਹਸਤੀਆਂ ਬੜੀਆਂ ਰੂਹਾਂ ਇੱਥੇ ਇਕੱਠੀਆਂ ਹੋਈਆਂ ਨੇ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਮਨਜੀਤ ਸਾਡਾ ਭਰਾ ਬਹੁਤ ਮਿਹਰਬਾਨੀ ਔਰ ਸਾਡੇ ਪ੍ਰਧਾਨ ਸਾਹਿਬ ਸਾਡੇ ਵਿਜੇ ਵੀਰ ਹੋਣੀ ਬਹੁਤ ਮਿਹਰਬਾਨੀ ਹਰ ਗੱਲ ਤੈਨੂੰ ਇੱਕ ਭਿੰਦਰਾ ਮੈਂ ਪੁੱਛਦੀ ਹਾਂ ਗੱਲ ਵੇ ਜਿਸ ਮੇਰੇ ਗੀਤ ਨੂੰ ਤੁਸੀਂ ਰੱਬ ਲੋਕਾਂ ਨੇ ਬੜਾ ਮਾਣ ਹੀ ਦਿੱਤਾ ਕਿ ਤੈਨੂੰ ਇੱਕ ਭਿੰਦਰਾ ਮੈਂ ਪੁੱਛਦੀ ਹਾਂ ਗੱਲ ਵੇ ਹੋਇਆ ਕਿਤੇ ਤੇਰੀਆਂ ਮੁਹੱਬਤਾਂ ਦਾ ਹਲ ਵੇ ਮੇਰੀ ਸੋਚ ਆਖਦੀ ਹੈ ਸੁਣ ਸੋਹਣਿਆਂ ਵੇ ਨਾ ਕਿਸ਼ਤੀ ਤੂਫਾਨਾਂ 'ਚ ਕਿਨਾਰਾ ਦਿੰਦੀ ਹੈ ਬਾਈ ਕਹਿੰਦਾ ਠੇਕਿਆਂ ਤੇ ਪਈ ਜਿਹੜੀ ਬਹੁਤ ਲਾਜਮੰਦ ਫਿਰ ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹੈ ਸਹਾਰਾ ਦਿੰਦੀ ਜ਼ਰੂਰ ਹੈ ਮਨਜੀਤ ਬਾਜੀ ਜਦੋਂ ਪਊਆ ਲੱਗਿਆ ਹੁੰਦਾ ਸਹਾਰਾ ਦਿੰਦੀ ਜ਼ਰੂਰ ਹੈ ਪਰ ਮਗਰਲੇ 5 ਸਾਲ ਹੋ ਗਏ ਸਹਾਰਾ ਥੋੜਾ ਜਿਹਾ ਮਹਿੰਗਾ ਹੋ ਗਿਆ ਕਿਉਂਕਿ ਜਿਹੜੀ 250 ਦੀ ਬੋਤਲ ਹੈ ਉਹ 550 ਦੀ ਕਰਦੀ ਤੇ ਜਿਹੜੀ 550 ਦੀ ਬੋਤਲ ਹੈ ਉਹ 950 ਦੀ ਕਰਦੀ ਸਹਾਰਾ ਥੋੜਾ ਜਿਹਾ ਮਹਿੰਗਾ ਤਾਂ ਜ਼ਰੂਰ ਕਰਦਾ ਪਰ ਜਦੋਂ ਪਊਆ ਲੱਗਿਆ ਹੁੰਦਾ ਚੰਦਰੀ ਸਹਾਰਾ ਦਿੰਦੀ ਬਹੁਤ ਹੈ ਬੰਦੇ ਨੂੰ ਸੁੱਠੇ ਕਹਿੰਦੇ ਬਈ ਜਿਹੜੀ ਬੋਤਲਾਂ 'ਚ ਬੰਦੇ ਉਹੀ ਟੁੱਟੇ ਦਿਲਾਂ ਨੂੰ ਸਹਾਰਾ ਦਿੰਦੀ ਹਜੇ ਸਾਡੇ ਸਤਿਕਾਰਯੋਗ ਅੰਕਲ ਰਾਜ ਭਗਵਾਨ ਜੀ ਔਰ ਬਿੱਟੂ ਭਗਵਾਨ ਮੇਰੇ ਸਤਿਕਾਰਯੋਗ ਅੰਕਲ ਨੇ ਬੜੀਆਂ ਸਾਡੀਆਂ ਰਿਸਪੈਕਟ ਹਸਤੀਆਂ ਤੁਹਾਡੇ ਤੁਹਾਡੇ ਤੋਂ ਸ਼ੁਕਰੀਆ ਅਦਾ ਕਰਨਾ ਉਹਨਾਂ ਵੱਲੋਂ ਵੀ ਬੜਾ ਮਾਣ ਆ ਗਿਆ ਸੋ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਮੇਰੇ ਸਤਿਕਾਰਯੋਗ ਅੰਕਲ ਅਜੇ ਛਿੱਲੇ ਅੰਕਲ ਅਰਕੇ ਨਹੀਂ ਆਏ ਪੱਟੀ ਵਾਲੇ ਭਗਵਾਨ ਅੱਛਾ ਸੋ ਬਹੁਤ ਮਿਹਰਬਾਨੀ ਅੰਕਲ ਹਾਂਜੀ ਠੇਕ ਕਹਿੰਦੇ ਬਾਈ ਜਿਹੜੀ ਬਹੁਤ ਲਾਜਵੰਦ ਉਹੀ ਟੁੱਟੇ ਦਿਲਾਂ ਨੂੰ ਸਾਰਾ ਦਿੰਦੀ
गाने बड़े ने सारे मैं पूरे करूंगा ठंड लगती भाई साड़िया बीबिया।